ਤੁਸੀਂ ਜਦੋਂ ਪੜ੍ਹੋਗੇ ਨਾ ਸਮਾਜ ਦੇ ਉੱਤੇ ਬਹੁਤੇ ਲੋਕ ਅੱਤ ਦੇ ਪੱਥਰ ਦਿਲ ਮਾਲਕ ਹੁੰਦੇ ਨੇ, ਨਿਰਦਈ ਪੁਣਾ ਅੱਤ ਦਾ ਅੰਦਰ ਭਰਿਆ ਹੁੰਦਾ ਹੈ, ਅਤੇ ਇੱਦਾਂ ਦੇ ਵੀ ਮਿਲ ਜਾਣਗੇ ਜਿਨ੍ਹਾਂ ਦੇ ਅੰਦਰ ਕੋਮਲਤਾ ਬਹੁਤ ਜ਼ਿਆਦਾ ਹੁੰਦੀ ਹੈ। ਛੋਟੀ ਜਿਹੀ ਕਿਤੇ ਘਟਨਾ ਵੇਖ ਲੈਣ 'ਤੇ ਅੱਖਾਂ ਦੇ ਵਿੱਚੋਂ ਨੀਰ ਵਗਣਾ ਸ਼ੁਰੂ ਹੋ ਜਾਂਦਾ, ਦਿਲ ਪਸੀਜ ਜਾਂਦਾ ਹੈ। ਨਾਦਰ ਸ਼ਾਹ ਬੜਾ ਨਿਰਦਈ ਸੀ, ਆਪਣੇ ਸਾਹਮਣੇ ਛੋਟੇ ਛੋਟੇ ਬੱਚਿਆਂ ਨੂੰ ਮਾਰ ਦਿੰਦਾ ਸੀ, ਕਹਿੰਦੇ ਉਹਦਾ ਦਿਲ ਪਸੀਜਦਾ ਨਹੀਂ ਸੀ। ਜੈਨਿਜ਼ਮ ਦੀ ਜੋ ਅਸੀਂ ਗੱਲ ਕਰਦੇ ਹਾਂ, ਸਵਾਮੀ ਮਹਾਂਵੀਰ ਜੀ ਦਾ ਜ਼ਿਕਰ ਆਉਂਦਾ, ਕਹਿੰਦੇ ਇੰਨੇ ਅੰਦਰ ਕੋਮਲਤਾ ਵਾਲਾ ਸੀ ਕਿ ਇੱਕ ਦਿਨ ਕੀੜੀ ਕਿਤੇ ਉਹਨਾਂ ਦੇ ਕੋਲੋਂ ਮਰ ਗਈ, ਸਾਰਾ ਦਿਨ ਕੀੜੀ ਦੇ ਸਰਾਣੇ ਬੈਠ ਕੇ ਰੋਂਦੇ ਰਹੇ, ਮੇਰੇ ਕੋਲ ਪਾਪ ਹੋ ਗਿਆ ਹੈ, ਮੇਰੇ ਕੋਲ ਗੁਨਾਹ ਹੋ ਗਿਆ ਹੈ। ਧੰਨ ਗੁਰੂ ਹਰਿਰਾਏ ਸਾਹਿਬ, ਇੱਥੋਂ ਤੱਕ ਜੇ ਕੋਈ ਸੰਗਤ ਦੇ ਵਿੱਚ ਆਉਂਦਾ ਸੀ ਨਾ ਗੁਰਮੁਖ ਪਿਆਰਾ, ਅਤੇ ਇਹ ਮੂੰਹ ਦੇ ਵਿੱਚੋਂ ਗੁਰੂ ਹਰਿਰਾਏ ਸਾਹਿਬ ਬਚਨ ਕਹਿੰਦੇ ਸੀ ਸਿੱਖਾਂ ਨੂੰ ਕਿ ਸਿੱਖੋ ਗੁਰੂ ਘਰ ਦੇ ਵਿੱਚ ਆਏ ਹੋ, ਵੇਖਿਓ ਕਿਸੇ ਕਿਸੇ ਦਾ ਦਿਲ ਦਿਖਾ ਕੇ ਤਾਂ ਨਹੀਂ ਆਏ, ਕਿਸੇ ਨੂੰ ਦੁੱਖ ਦੇ ਕੇ ਤਾਂ ਨਹੀਂ ਆਏ। ਅਤੇ ਇੱਕ ਬੜੀ ਸੋਹਣੀ ਮੈਨੂੰ ਜਸਵੰਤ ਸਿੰਘ ਨੇਕੀ ਜੀ ਦੀ ਲਿਖੀ ਹੋਈ ਅਰਦਾਸ ਦੇ ਵਿੱਚੋਂ ਸਾਖੀ ਯਾਦ ਆ ਜਾਂਦੀ ਘਟਨਾ। ਉਹਨਾਂ ਨੇ ਕਿਹਾ ਜੇ ਕਿਸੇ ਦਾ ਤੁਸੀਂ ਦਿਲ ਤੋੜੋਗੇ ਤਾਂ ਤੁਹਾਡਾ ਕਦੇ ਦਿਲ ਅਕਾਲ ਪੁਰਖ ਨਾਲ ਜੁੜ ਨਹੀਂ ਸਕਦਾ। ਇੱਕ ਆਜੜੀ ਭੇਡਾਂ ਚਾਰਨ ਵਾਲਾ ਖੁੱਲ੍ਹੇ ਮੈਦਾਨ ਦੇ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਭੇਡਾਂ ਚਾਰ ਰਿਹਾ ਹੈ, ਭੇਡਾਂ ਚਾਰਦਾ ਚਾਰਦਾ ਉਹਨੇ ਸੰਘਣੀ ਥਾਂ ਉਸ ਰੁੱਖ ਦੀ ਵੇਖੀ ਅਤੇ ਛਾਂ ਦੇ ਹੇਠਾਂ ਜਾ ਕੇ ਬੈਠ ਗਿਆ। ਜਦੋਂ ਛਾਂ ਦੇ ਹੇਠਾਂ ਜਾ ਕੇ ਬੈਠਾ ਅਤੇ ਬੈਠਾ ਬੈਠਾ ਬੁੱਲ ਫੜਕਣੇ ਸ਼ੁਰੂ ਹੋ ਗਏ, ਗੱਲਾਂ ਕਰਦਾ ਕਰਦਾ ਕਹਿੰਦਾ ਹੈ ਪਰਮਾਤਮਾ ਜੇ ਕਿਤੇ ਤੂੰ ਮੈਨੂੰ ਦਰਸ਼ਨ ਦੇ ਦੇਵੇਂ, ਜੇ ਮੇਰੇ ਸਾਹਮਣੇ ਆ ਜਾਵੇਂ ਤਾਂ ਮੈਂ ਤੇਰੇ ਨਾਲ ਮਿੱਤਰਤਾ ਪਾ ਲਵਾਂ। ਉਹ ਆਪਣੇ ਅੰਤਰ ਆਤਮੇ ਜਿਹੜਾ ਹੈ ਹੁਣ ਗੱਲਾਂ ਬਾਤਾਂ ਕਰਦਾ ਪਿਆ ਹੈ, ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਫਿਰ ਅਗਲਾ ਬਚਨ ਕਹਿੰਦਾ ਪਰਮਾਤਮਾ ਜੇ ਕਿਤੇ ਤੂੰ ਮੇਰੇ ਕੋਲ ਆ ਜਾਵੇਂ, ਤੈਨੂੰ ਭੁੱਖ ਲੱਗੀ ਹੋਵੇ ਤਾਂ ਆਪਣੀਆਂ ਭੇਡਾਂ ਦਾ ਦੁੱਧ ਚੋ ਚੋ ਕੇ ਮੈਂ ਤੈਨੂੰ ਪਿਆਵਾਂ। ਫਿਰ ਕਹਿੰਦਾ ਪਰਮਾਤਮਾ ਜੇ ਕਿਤੇ ਕੋਲ ਆ ਜਾਵੇਂ, ਜੇ ਤੂੰ ਕਿਤੇ ਮੈਲਾ ਹੋਵੇਂ ਤਾਂ ਮੈਂ ਆਪਣੇ ਹੱਥੀਂ ਤੇਰਾ ਇਸ਼ਨਾਨ ਕਰਵਾਵਾਂ। ਜਦੋਂ ਇਹ ਗੱਲਾਂ ਵਾਰ ਵਾਰ ਕਰੀ ਜਾਂਦਾ ਹੈ ਤਾਂ ਹਜ਼ਰਤ ਮੂਸਾ ਜੀ ਯਹੂਦੀਜ਼ਮ ਦੇ ਜਿਹੜੇ ਪੈਗੰਬਰ ਹੋਏ ਨੇ, ਉਹ ਨੇੜਿਓਂ ਦੀ ਕਿਤੇ ਲੰਘ ਰਹੇ ਸੀ, ਲੰਘਦੇ ਲੰਘਦੇ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਇੱਕ ਭੇਡਾਂ ਚਾਰਨ ਵਾਲਾ ਆਜੜੀ ਪਾਟੇ ਪੁਰਾਣੇ ਜਿਹੇ ਕੱਪੜੇ ਪਾਈ ਫਿਰਦਾ ਮੈਲਾ ਜਿਹਾ ਬੰਦਾ, ਅਤੇ ਮੁੱਖ ਦੇ ਵਿੱਚੋਂ ਵੀ ਮੈਲੇ ਬੋਲ ਬੋਲਦਾ ਪਿਆ ਹੈ ਪਰਮਾਤਮਾ ਪ੍ਰਤੀ, ਕੋਲ ਆ ਗਏ। ਅਤੇ ਕਹਿੰਦੇ ਉਸ ਆਜੜੀ ਦੇ ਹਜ਼ਰਤ ਮੂਸਾ ਜੀ ਨੇ ਚਪੇੜ ਮਾਰ ਦਿੱਤੀ। ਜਦੋਂ ਚਪੇੜ ਮਾਰੀ ਨਾ ਤਾਂ ਚਪੇੜ ਮਾਰ ਕੇ ਕਹਿੰਦੇ ਤੂੰ ਹੱਦ ਹੋ ਗਈ, ਪਰਮਾਤਮਾ ਇੰਨਾ ਨੀਵਾਂ ਹੋ ਗਿਆ ਕਿ ਤੂੰ ਉਹਦੀ ਮੈਲ ਧੋਵੇਂਗਾ, ਪਰਮਾਤਮਾ ਇੰਨਾ ਨੀਵਾਂ ਹੋ ਗਿਆ ਕਿ ਤੇਰੀਆਂ ਇੰਨਾ ਲਿਬੜੀਆਂ ਹੋਈਆਂ ਭੇਡਾਂ ਦਾ ਦੁੱਧ ਪੀਵੇਗਾ, ਤੇਰੀ ਜ਼ੁਰਤ ਕਿਵੇਂ ਪੈ ਗਈ। ਇਹ ਬੋਲ ਪਰਮਾਤਮਾ ਦੇ ਵਾਸਤੇ ਕਹਿਣ ਦੇ ਲਈ, ਪਰਮਾਤਮਾ ਦੇ ਬਾਰੇ ਤੇਰੇ ਇੰਨੇ ਨੀਵੇਂ ਬੋਲ। ਜਦੋਂ ਕਹਿੰਦੇ ਕੋਹੇ ਤੂਰ ਦੀ ਪਹਾੜੀ 'ਤੇ ਹਜ਼ਰਤ ਮੂਸਾ ਜੀ ਜਾ ਕੇ ਬੈਠੇ, ਕੋਹੇ ਤੂਰ ਦੀ ਪਹਾੜੀ ਦਾ ਜ਼ਿਕਰ ਆਇਆ ਹੈ ਜਿੱਥੇ ਹਜ਼ਰਤ ਮੂਸਾ ਜੀ ਉਸ ਅੱਲਾ ਦੇ ਨਾਲ ਸਾਕਸ਼ਾਤ ਆਪਣੇ ਰੂਹਾਨੀਅਤ ਦੀ ਕਮਾਈ ਕਰਨ ਵਾਸਤੇ ਜੁੜਦੇ ਸਨ, ਨਿਤਾ ਪ੍ਰਤੀ ਜੁੜਦੇ ਸਨ। ਚੌਂਕੜਾ ਮਾਰ ਕੇ ਬੈਠ ਗਏ ਹਜ਼ਰਤ ਮੂਸਾ ਜੀ, ਕੋਹੇ ਤੂਰ ਦੀ ਪਹਾੜੀ 'ਤੇ ਬੈਠੇ ਨੇ। ਇੱਕ ਮਿੰਟ, ਦੋ ਮਿੰਟ, 10 ਮਿੰਟ, 20 ਮਿੰਟ ਲੰਘ ਗਏ। ਅੱਜ ਉਸ ਤਰੀਕੇ ਦੇ ਨਾਲ ਸੁਰਤ ਨਹੀਂ ਜੁੜਦੀ ਜਿੱਦਾਂ ਪਹਿਲਾਂ ਜੁੜਦੀ ਸੀ, ਅੱਜ ਉਸ ਢੰਗ ਦੇ ਨਾਲ ਧਿਆਨ ਉਸ ਕਰਤੇ ਪੁਰਖ ਨਾਲ ਅੱਲਾ ਦੇ ਨਾਲ ਜਿਹੀ ਜੁੜਦਾ ਪਿਆ ਜਿੱਦਾਂ ਪਹਿਲਾਂ ਜੁੜਦਾ ਸੀ। ਸਮਾਂ ਲੰਘਿਆ, ਅਰਦਾਸ ਬੇਨਤੀ ਹੱਥ ਜੋੜ ਕੇ ਕਹਿੰਦੇ ਹਜ਼ਰਤ ਮੂਸਾ ਨੇ ਕੀਤੀ, ਦਾਤਾ ਅੱਲਾ ਅੱਜ ਹੋ ਕੀ ਗਿਆ ਹੈ, ਧਿਆਨ ਨਹੀਂ ਜੁੜਦਾ ਤੇਰੇ ਨਾਲ, ਸਰੇ ਤੇਰੇ ਨਾਲ ਪਿਆਰ ਨਹੀਂ ਬਣਦਾ। ਕਹਿੰਦੇ ਇਲਹਾਮ ਹੋਇਆ, ਆਵਾਜ਼ ਆਈ, ਮੂਸਾ ਜਦੋਂ ਕਿਸੇ ਦਾ ਦਿਲ ਤੋੜ ਕੇ ਤੂੰ ਇਹ ਸੋਚਦਾ ਕਿ ਤੇਰਾ ਦਿਲ ਜੁੜ ਜਾਵੇਗਾ, ਕਦੇ ਨਹੀਂ ਜੁੜੇਗਾ, ਤੂੰ ਦਿਲ ਤੋੜ ਕੇ ਆਇਆ ਹੈ, ਤੂੰ ਦਿਲ ਤੋੜ ਕੇ ਆਇਆ ਹੈ। ਇਹਨੂੰ ਬਾਬਾ ਬੁੱਲੇ ਸ਼ਾਹ ਇੱਕ ਗੱਲ ਕਹਿੰਦੇ ਨੇ, ਉਹ ਕਹਿੰਦੇ ਮੰਦਰ ਢਾਹ ਦੇ
ਮਸਜਿਦ ਢਾਹ ਦੇ ਜੋ ਕੁਝ ਢਹਿੰਦਾ, ਇੱਕ ਨਾ ਢਾਹੀ ਦਿਲ ਬੰਦੇ ਦਾ ਰੱਬ ਦਿਲ ਵਿੱਚ ਰਹਿੰਦਾ। ਬੜੀ ਵੱਡੀ ਇੱਕ ਸਿੱਖਿਆ ਹੈ ਜੀਵਨ ਦੇ ਵਿੱਚ ਰਹਿੰਦੇ ਹਾਂ ਹੋਇਆਂ ਕਿ ਕਦੇ ਵੀ ਕਿਸੇ ਦਾ ਦਿਲ ਨਾ ਦਿਖਾਈਏ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਬਾਬਾ ਫਰੀਦ ਸਾਹਿਬ ਬਾਣੀ ਦੇ ਵਿੱਚ ਆਪਣੇ ਮੁੱਖ ਦੇ ਵਿੱਚੋਂ ਕਹਿੰਦੇ ਪਏ ਨੇ, ਜੇ ਤੇਰੇ ਨਾਲ ਕੋਈ ਬੁਰਾ ਵਰਤਾਅ ਕਰਦਾ ਹੈ ਤਾਂ ਉਹਦਾ ਭਲਾ ਕਰ, ਇਹ ਨਾ ਸੋਚਦੇ ਤੇਰੇ ਨਾਲ ਕਿਸੇ ਨੇ ਬੁਰਾ ਕੀਤਾ ਤਾਂ ਮੈਂ ਵੀ ਉਹਦਾ ਬੁਰਾ ਕਰਨਾ ਹੈ। ਗੁਰਬਾਣੀ ਦਾ ਇੱਕ ਬਚਨ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਜੇ ਬੁਰਾ ਕਰਦੇ ਪਏ ਹੋ ਤਾਂ ਬੁਰਾ ਉਸੇ ਵੇਲੇ ਮਿਲ ਵੀ ਜਾਵੇਗਾ, ਪਾਪ ਕਮਾਇਆ ਅਤੇ ਪਾਪ ਆਪਣਾ ਇੱਕ ਦਿਨ ਸਾਹਮਣੇ ਆ ਵੀ ਜਾਵੇਗਾ। ਜੇ ਟੋਆ ਕਿਸੇ ਦੇ ਅੱਗੇ ਰਸਤੇ ਦੇ ਅੱਗੇ ਪੁੱਟਿਆ ਅਤੇ ਆਪਣੇ ਅੱਗੇ ਪਹਿਲਾਂ ਪੁੱਟਿਆ ਜਾਵੇਗਾ। ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘੜੀ ਮੁਹਤ ਨਾ ਲੱਗੇ, ਬਹੁਤਾ ਸਮਾਂ ਨਹੀਂ ਲੱਗਦਾ। ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਕੀਤਾ ਹੋਇਆ ਗੁਣਾਹ, ਉਹ ਕੀਤਾ ਹੋਇਆ ਪਾਪ, ਉਹ ਕੀਤਾ ਹੋਇਆ ਔਗਣ ਸਾਹਮਣੇ ਆ ਜਾਵੇਗਾ। ਉਹ ਗੱਲ ਵੱਖਰੀ ਕਿ ਅਸੀਂ ਉਸ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹਾਂ, ਉਹ ਇੱਕ ਅਲੱਗ ਵਿਸ਼ਾ ਹੈ ਕਿ ਅਸੀਂ ਕਿਸ ਢੰਗ ਨਾਲ ਵੇਖਦੇ ਹਾਂ। ਪਰ ਯਾਦ ਰੱਖੀਏ, ਜੇ ਕਿਸੇ ਨੂੰ ਦੁੱਖ ਦਿੰਦੇ ਪਏ ਹਾਂ, ਤਕਲੀਫ ਦਿੰਦੇ ਪਏ ਹਾਂ, ਤਾਂ ਇੱਕ ਨਾ ਇੱਕ ਦਿਨ ਤਕਲੀਫ ਜਿਹੜੀ ਹੈ ਸਾਨੂੰ ਵੀ ਹੋਵੇਗੀ। ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮਸਾ ਅਗਨ ਮਹਿ ਸਾੜੀ, ਵੱਡੇ ਵੱਡੇ ਸ਼ਬਦ ਨੇ। ਇਸ ਆਪਣੇ ਰੁਤਬੇ ਦਾ, ਆਪਣੇ ਦਾੜੇ ਦਾ ਇਹਦਾ ਅਰਥ ਲੈਣਾ ਹੈ, ਆਪਣਾ ਰੁਤਬਾ, ਆਪਣਾ ਮਾਨ, ਆਪਣਾ ਹੰਕਾਰ, ਆਪਣੀ ਤਾਕਤ ਦਾ ਜੇਕਰ ਨਜ਼ਾਇਜ਼ ਕਿਸੇ ਦੇ ਉੱਪਰ ਕਹਿੰਦੇ ਜ਼ੋਰ ਪਾਉਂਦਾ ਪਿਆ ਹੈ, ਆਪਣੀ ਤਾਕਤ ਦਾ ਕਿਸੇ ਨੂੰ ਧੌਂਕ ਦਿਖਾਉਂਦਾ ਪਿਆ ਹੈ, ਦੱਸਦਾ ਪਿਆ ਕਿ ਮੈਂ ਬੜਾ ਤਾਕਤਵਰ ਹਾਂ, ਤਾਂ ਗੁਰੂ ਸਾਹਿਬ ਕਹਿੰਦੇ ਇੱਕ ਦਿਨ ਅੱਗ ਦੇ ਵਿੱਚ ਰਾਖ ਹੋ ਜਾਵੇਗਾ, ਸੜ ਜਾਵੇਗਾ। ਬਾਬਾ ਫਰੀਦ ਸਾਹਿਬ ਇੱਥੋਂ ਤੱਕ ਕਹਿ ਦਿੰਦੇ ਨੇ, ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣੈ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਜੇ ਤੇਰੇ ਕੋਈ ਮੁੱਕੀ ਮਾਰਦਾ ਹੈ, ਤੈਨੂੰ ਕੋਈ ਬੁਰਾ ਭਲਾ ਬੋਲਦਾ ਹੈ, ਤਾਂ ਮੁੜ ਕੇ ਫਿਰ ਉਸ 'ਤੇ ਉਸ ਤਰੀਕੇ ਨਾਲ ਵਾਰ ਨਾ ਕਰ। ਮੇਰੇ ਕਹਿਣ ਤੋਂ ਭਾਵ ਇਹ ਹੈ ਗੁਰਮੁਖੋ, ਜਿਹੜਾ ਸਿੱਖ ਧਰਮ ਦਾ ਫਲਸਫਾ ਹੈ, ਅੱਜ ਗੁਰੂ ਹਰਿਰਾਜ ਸਾਹਿਬ ਜੀ ਦੀ ਗੱਲ ਅਸੀਂ ਕਰ ਰਹੇ ਹਾਂ, ਸਿੱਖ ਧਰਮ ਦੇ ਵਿੱਚ ਸਿੱਖੀ ਪਹਿਲਾਂ ਹੈ, ਸਿੱਖ ਪਹਿਲਾਂ ਹੈ, ਸੰਤ ਪਹਿਲਾਂ ਹੈ, ਛਪਾਈ ਦਾ ਜਿਹੜਾ ਇੱਕ ਕਨਸੈਪਟ ਹੈ ਉਹ ਫਿਰ ਬਾਅਦ ਦੇ ਵਿੱਚ ਆਉਂਦਾ ਹੈ। ਪਹਿਲਾਂ ਸਿੱਖ ਹੋਣਾ ਸਿੱਖ ਲਈਏ, ਜਰਨ ਸ਼ਕਤੀ ਹੋਣੀ ਚਾਹੀਦੀ ਹੈ, ਮਾਫ਼ ਕਰਨ ਦੀ ਬਿਰਤੀ ਅੰਦਰ ਹੋਣੀ ਚਾਹੀਦੀ ਹੈ, ਦਇਆ ਵਾਲਾ ਹਿਰਦਾ ਸਿੱਖ ਦਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਅੰਦਰ ਦਇਆ ਹੈ, ਨਿਮਰਤਾ ਹੈ, ਕੋਮਲਤਾ ਹੈ। ਮੈਂ ਇਸ ਕਰਕੇ ਪਹਿਲਾਂ ਕਿਹਾ ਕਿ ਭਗਤੀ, ਸ਼ਕਤੀ ਅਤੇ ਕੋਮਲਤਾ ਇਹ ਹਰ ਕਿਸੇ ਦੇ ਅੰਦਰ ਮੌਜੂਦ ਨਹੀਂ ਹੁੰਦੀ। ਜਿਨ੍ਹਾਂ ਕੋਲ ਸ਼ਕਤੀ ਹੁੰਦੀ ਹੈ ਉਹਨਾਂ ਅੰਦਰ ਕੋਮਲਤਾ ਨਹੀਂ ਰਹਿ ਜਾਂਦੀ। ਬਾਣੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਯਾਦ ਰੱਖੀ, ਕੌੜੇ ਬੋਲ ਵੀ ਕਦੀ ਕਿਸੇ ਨੂੰ ਨਾ ਬੋਲੀ। ਜੇ ਕੌੜੇ ਬੋਲ ਵੀ ਬੋਲੇਗਾ ਤਾਂ ਤੇਰੇ ਅੰਦਰੋਂ ਪ੍ਰੇਮ ਦੀ ਭਾਵਨਾ ਖਤਮ ਹੋ ਜਾਵੇਗੀ, ਅੰਦਰੋਂ ਹਿਰਦਾ ਸੁੱਕ ਜਾਵੇਗਾ, ਗੁੱਸੇ ਦੇ ਵਿੱਚ ਅੰਦਰੋਂ ਸੜਬਲ ਜਾਵੇਗਾ, ਮਨ ਕਰਕੇ ਫਿੱਕਾ ਹੋਵੇਗਾ, ਤਨ ਕਰਕੇ ਵੀ ਰੁੱਖਾ ਹੋ ਜਾਵੇਗਾ। ਮੱਥੇ 'ਤੇ ਤਿਊੜੀ ਪਾ ਕੇ ਹਰ ਕਿਸੇ ਨੂੰ ਮਿਲਣਾ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ। ਆਸਾ ਕੀ ਵਾਰ ਅਸੀਂ ਪੜ੍ਹਦੇ ਹਾਂ, ਸ਼ਬਦ ਆਉਂਦੇ ਨੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਫਿੱਕਾ ਬੋਲਿਆ, ਬੱਬੇ ਹੋੜਾ ਲੱਲੇ ਸਿਹਾਰੀ ਐੜੇ ਦਲਾਵਾਂ, ਇਹ ਸ਼ਬਦ ਹੈ ਬੋਲਿਆ, ਬੋਲਣ ਦੇ ਨਾਲ ਕਰਨ ਕਾਰਕ ਦਾ ਚਿੰਨ੍ਹ ਹੈ। ਫਿੱਕਾ ਬੋਲਣ ਦੇ ਨਾਲ ਕਹਿੰਦੇ ਮਨ ਜਿੱਥੇ ਫਿੱਕਾ ਹੁੰਦਾ ਉੱਥੇ ਤਨ ਵੀ ਫਿੱਕਾ ਹੋ ਜਾਂਦਾ ਹੈ। ਕੋਲ ਨਹੀਂ ਕੋਈ ਬੈਠਦਾ ਫਿੱਕੇ ਹੋਏ ਬੰਦੇ ਦੇ, ਜਿਹੜਾ ਰੁੱਖਾ ਹੋਇਆ ਬੰਦਾ ਹੋਵੇ, ਬੰਦਾ ਕਹਿ ਦਿੰਦਾ ਛੱਡ ਥਾਂ ਇਹਦੇ ਕੋਲ ਬੈਠ ਕੇ ਕੀ ਕਰਨਾ, ਅਤੇ ਰੁੱਖਾ ਬੋਲਦਾ ਹੈ।
ਇਹ ਤਾਂ ਰੁੱਖਾ ਬੋਲਦਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀ ਹੈ ਫਿੱਕੈ ਫਿੱਕੀ ਸੋਏ, ਫਿੱਕਾ ਦਰਗੈ ਸੱਟੀਐ ਮੋਹ ਥੁੱਕਾਂ ਫਿੱਕੈ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਜਗਤ ਜਿਹੜਾ ਰੁੱਖਾ ਬੰਦਾ ਹੋਵੇ ਨਾ, ਅੱਤ ਦਾ ਰੁੱਖਾ ਹੋਵੇ, ਬਿਨਾਂ ਕਿਸੇ ਗੱਲ ਤੋਂ ਹਰ ਕਿਸੇ ਨਾਲ ਝਗੜਾ ਕਰੀ ਜਾਵੇ, ਅੰਦਰ ਕੋਮਲਤਾ ਨਹੀਂ, ਸਹਿਜ ਨਹੀਂ, ਤਾਂ ਲੋਕ ਕਹਿਣ ਲੱਗ ਪੈਂਦੇ ਨੇ ਇਹ ਰੁੱਖਾ ਬੰਦਾ ਹੈ, ਇਹਦੇ ਕੋਲ ਜਾ ਕੇ ਨਾ ਬੈਠਿਓ। ਦਰਗਾਹ ਦੇ ਵਿੱਚ ਵੀ ਉਹਦੇ ਲਈ ਥਾਂ ਨਹੀਂ ਫਿਰ ਮਿਲਦੀ, ਰੁੱਖਾਪਨ ਹੈ, ਅੰਦਰੋਂ ਨਿਮਰਤਾ, ਅੰਦਰੋਂ ਪ੍ਰੇਮ ਤੇ ਖੰਭ ਲਾ ਕੇ ਉੱਡ ਗਿਆ, ਪ੍ਰੇਮ ਤੇ ਹੈ ਹੀ ਨਹੀਂ। ਗੁਰੂ ਘਰ ਦਾ ਜਿਹੜਾ ਰਸਤਾ, ਇੱਥੇ ਪਹਿਲਾਂ ਪ੍ਰੇਮ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ, ਜਿਨ ਨਾਮ ਦੇ ਭੋਏ ਪਾਰ ਥੀਏ। ਇੱਥੇ ਹੰਕਾਰ ਨਹੀਂ। ਧੰਨ ਗੁਰੂ ਹਰਿਰਾਏ ਮਹਾਰਾਜ ਗੁਰਤਾ ਗੱਦੀ 'ਤੇ ਬੈਠਦੇ ਨੇ 1644 ਈਸਵੀ ਦੇ ਵਿੱਚ। 17 ਸਾਲ ਧੰਨ ਗੁਰੂ ਹਰਿਰਾਏ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਰਹਿੰਦੇ ਨੇ, ਅਤੇ ਇਤਿਹਾਸ ਕਹਿੰਦਾ 2200 ਘੋੜ ਸਵਾਰ ਕੋਲ ਨੇ, ਕਦੀ ਕਿਸੇ ਦੇ ਨਾਲ ਕੋਈ ਵੈਰ ਕੋਈ ਵਿਰੋਧ ਨਹੀਂ, ਕਿਸੇ ਦੇ ਨਾਲ ਕੋਈ ਨਜਾਇਜ਼ ਧੱਕਾ ਧੰਨ ਗੁਰੂ ਹਰਿਰਾਏ ਮਹਾਰਾਜ ਜੀ ਨੇ ਨਹੀਂ ਕੀਤਾ। ਜੇ ਕੋਈ ਪ੍ਰੇਮ ਨਾਲ ਆਇਆ, ਉਸਦੀ ਪ੍ਰੇਮ ਦੀ ਭਾਵਨਾ ਨੂੰ ਸਮਝਿਆ। ਅਤੇ ਦੂਜੀ ਜਿਹੜੀ ਮੇਰੇ ਕੋਲ 5 ਮਿੰਟ ਰਹਿ ਗਏ, ਜਿਹੜੀ ਵੱਡੀ ਸਿੱਖਿਆ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਹੈ, ਔਰ ਆਪਣੇ ਅੰਦਰ ਆਤਮੇ ਝਾਤ ਮਾਰ ਕੇ ਵੀ ਵੇਖੀਏ ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ, ਅਸੀਂ ਕਿੱਥੇ ਕੁ ਸਟੈਂਡ ਕਰਦੇ ਹਾਂ। ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਔਰੰਗਜ਼ੇਬ ਹੁਕਮ ਕਰਦਾ ਹੈ ਕਿ ਮੇਰੇ ਦਰਬਾਰ ਦੇ ਵਿੱਚ ਆ ਕੇ ਆਪਣਾ ਸਪਸ਼ਟੀਕਰਨ ਦਿਓ, ਤੁਸੀਂ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ। ਕਈਆਂ ਨੇ ਕਈ ਕਾਰਨ ਲਿਖੇ ਨੇ। ਧੰਨ ਗੁਰੂ ਹਰਿਰਾਏ ਮਹਾਰਾਜ ਆਪਣੇ ਪੁੱਤਰ ਰਾਮ ਰਾਏ ਨੂੰ ਭੇਜ ਦਿੰਦੇ ਨੇ। ਰਾਮ ਰਾਏ ਦਿੱਲੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਚਲਾ ਜਾਂਦਾ ਹੈ। ਔਰੰਗਜ਼ੇਬ ਦੀ ਸ਼ਾਨੋ ਸ਼ੌਕਤ ਵੇਖ ਕੇ ਰਾਮ ਰਾਏ ਜਿਹੜਾ ਉਹ ਪ੍ਰਭਾਵਿਤ ਹੋ ਜਾਂਦਾ ਹੈ। ਕਈ ਵਾਰ ਬੰਦਾ ਪ੍ਰਭਾਵਿਤ ਹੋ ਕੇ ਆਪਣੇ ਸਿਧਾਂਤ ਨੂੰ ਛੱਡ ਬੈਠਦਾ ਹੈ, ਆਪਣੇ ਅਸਲੇ ਨੂੰ ਛੱਡ ਬੈਠਦਾ ਹੈ। ਰਾਮ ਰਾਏ ਪ੍ਰਭਾਵਿਤ ਹੋਇਆ, ਕਿਹੜੇ ਕਿਹੜੇ ਫੌਜਾਂ ਉਹਨੇ ਖੜ੍ਹੀਆਂ ਵੇਖੀਆਂ। ਜਦੋਂ ਔਰੰਗਜ਼ੇਬ ਨੇ ਸਵਾਲ ਕੀਤਾ, ਉਹਨੇ ਕਿਹਾ ਅਸੀਂ ਸੁਣਿਆ ਹੈ ਕਿ ਤੁਹਾਡੇ ਗ੍ਰੰਥ ਦੇ ਵਿੱਚ ਇਸਲਾਮ ਧਰਮ ਦੇ ਬਾਬਤ ਜਿਹੜਾ ਹੈ ਵਿਰੁੱਧ ਦੇ ਵਿੱਚ ਲਿਖਿਆ ਹੋਇਆ, ਸਾਡਾ ਨਿਰਾਦਰ ਕੀਤਾ ਗਿਆ ਹੈ, ਸਾਡੇ ਧਰਮ ਦਾ ਨਿਰਾਦਰ ਕੀਤਾ ਹੈ। ਆਪ ਜੀ ਨੂੰ ਪਤਾ ਹੋਵੇ ਇਸਲਾਮ ਧਰਮ ਦੇ ਵਿੱਚ ਕੇਵਲ ਅਤੇ ਕੇਵਲ ਮੁਰਦੇ ਨੂੰ ਜਿਹੜਾ ਹੈ ਉਹ ਨੱਪਿਆ ਜਾਂਦਾ ਹੈ, ਦਬਾਇਆ ਜਾਂਦਾ ਹੈ, ਅਤੇ ਇਹ ਮਨ ਦੇ ਵਿੱਚ ਸੋਚ ਹੁੰਦੀ ਹੈ ਕਿ ਇੱਕ ਦਿਨ ਕਿਆਮਤ ਦਾ ਦਿਨ ਆਵੇਗਾ। ਉਹਨਾਂ ਦਾ ਜਿਹੜਾ ਫਲਸਫਾ ਹੈ, ਉਹਨਾਂ ਨੂੰ ਮੁਬਾਰਕ ਕਿ ਕਿਆਮਤ ਦਾ ਦਿਨ ਆਵੇਗਾ, ਮੁਰਦੇ ਇੱਕ ਦਿਨ ਖੜ੍ਹੇ ਹੋ ਜਾਣਗੇ ਅਤੇ ਸਾਰਿਆਂ ਦਾ ਹਿਸਾਬ ਕਿਤਾਬ ਹੋਵੇਗਾ। ਜਿਹੋ ਜਿਹੇ ਕਿਸੇ ਦੇ ਕਰਮ ਹੋਣਗੇ, ਉਸ ਤਰੀਕੇ ਨਾਲ ਫਿਰ ਇਹਨਾਂ ਨੂੰ ਅਗਲਾ ਜੀਵਨ ਅਤੇ ਅਗਲਾ ਘਰ ਜਿਹੜਾ ਮਿਲੇਗਾ। ਇਹ ਉਹਨਾਂ ਦੀ ਇੱਕ ਫਲਸਫਾ ਹੈ, ਉਹਨਾਂ ਦਾ ਸਿਧਾਂਤ ਹੈ, ਸੋਚ ਹੈ ਉਹਨਾਂ ਦੀ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਦੇ ਵਿੱਚ ਕਹਿ ਦਿੱਤਾ ਹੈ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਇਹਨੂੰ ਜਲਦੀ ਨਹੀਂ ਕਹਿ ਰਹਿਣਾ, ਬਹੁਤੇ ਜਲਦੀ ਪੜ ਜਾਂਦੇ ਨੇ, ਤੇਜ਼ੀ ਨਹੀਂ, ਜਲਦੀ, ਜਲਦੀ ਹੋਈ, ਸੜਦੀ ਹੋਈ। ਜਦੋਂ ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਦੇ ਵਿੱਚ ਕੋਟ ਕੀਤੇ ਨੇ, ਰਾਮ ਰਾਏ ਨੂੰ ਪੁੱਛਿਆ ਗਿਆ ਅਤੇ ਰਾਮ ਰਾਏ ਨੇ ਕਿਹਾ ਨਹੀਂ, ਕਹਿੰਦੇ ਪਾਤਸ਼ਾਹ ਉੱਥੇ ਮਿੱਟੀ ਮੁਸਲਮਾਨ ਕੀ ਨਹੀਂ, ਜਾਂ ਪਨਾ ਉੱਥੇ ਮਿੱਟੀ ਜਿਹੜੀ ਹੈ ਬੇਈਮਾਨ ਕੀ ਲਿਖਿਆ ਹੋਇਆ। ਪੰਕਤੀ ਬਦਲ ਦਿੱਤੀ ਰਾਮ ਰਾਏ ਨੇ ਇੱਕ ਔਰੰਗਜ਼ੇਬ ਦੇ ਪ੍ਰਭਾਵ ਨੂੰ ਕਬੂਲ ਕੇ। ਗੁਨਾਹ ਕਰ ਦਿੱਤਾ ਗੁਰੂ ਘਰ ਦੇ ਵਿੱਚ, ਬਹੁਤ ਵੱਡਾ, ਬਹੁਤ ਵੱਡਾ ਗੁਨਾਹ ਕੀਤਾ ਜਿਹੜਾ ਕਦੇ ਵੀ ਮਾਫ਼ੀ ਦੇ ਯੋਗ ਨਹੀਂ ਸੀ।
ਜਦੋਂ ਇੰਨੀ ਗੱਲ ਔਰੰਗਜ਼ੇਬ ਨੇ ਕਹੀ, ਬੜਾ ਖੁਸ਼ ਹੋਇਆ ਔਰੰਗਜ਼ੇਬ ਨੇ, ਜਗੀਰ ਬਕਾਇਦਾ ਰਾਮ ਰਾਏ ਨੂੰ ਦਿੱਤੀ। ਗੁਰੂ ਹਰਿਰਾਏ ਸਾਹਿਬ ਜੀ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੇ ਐਡਾ ਵੱਡਾ ਗੁਨਾਹ ਕਰ ਦਿੱਤਾ, ਗੁਰੂ ਨਾਨਕ ਸਾਹਿਬ ਜੀ ਦੀ ਪੰਕਤੀ ਆਪਣੀ ਮੁੱਖ ਤੋਂ ਬਦਲ ਦਿੱਤੀ, ਇੰਨਾ ਸਿਆਣਾ ਹੋ ਗਿਆ, ਕਿਸੇ ਦਾ ਪ੍ਰਭਾਵ ਕਬੂਲ ਕਰਕੇ ਆਪਣੀ ਪੰਕਤੀ ਗੁਰਬਾਣੀ ਦੀ ਬਦਲ ਦਿੱਤੀ ਹੈ। ਰਾਮ ਰਾਏ ਨੂੰ ਗੁਰੂ ਹਰਿਰਾਏ ਮਹਾਰਾਜ ਜੀ ਨੇ ਉਸੇ ਵਕਤ ਹੁਕਮ ਕੀਤਾ, ਕਹਿਣ ਲੱਗੇ ਜਾਓ ਇਹਨੂੰ ਜਾ ਕੇ ਕਹਿ ਦਿਓ ਜਿੱਧਰ ਨੂੰ ਇਹਦਾ ਮੂੰਹ ਹੈ ਹੁਣ ਉੱਧਰ ਨੂੰ ਚਲੇ ਜਾਵੇ, ਸਾਰੀ ਜ਼ਿੰਦਗੀ ਮੇਰੇ ਮੱਥੇ ਨਾ ਲੱਗੇ। ਪੁੱਤ ਸੀ ਰਾਮ ਰਾਏ ਗੁਰੂ ਹਰਿਰਾਏ ਸਾਹਿਬ ਜੀ ਦਾ, ਪੁੱਤਰ ਸੀ ਨਾ, ਅਤੇ ਪੁੱਤਰ ਮੋਹ ਕਿੱਡਾ ਵੱਡਾ ਹੁੰਦਾ ਹੈ, ਕਿੱਡਾ ਵੱਡਾ ਗੁਨਾਹ ਪੁੱਤ ਕੋਈ ਕਰ ਦੇਵੇ ਅਤੇ ਪਿਓ ਕਹਿੰਦਾ ਚੱਲ ਕੋਈ ਨਹੀਂ ਪੁੱਤ ਹੈ ਮੇਰਾ ਮੈਂ ਕਿਵੇਂ ਛੱਡ ਦੇਵਾਂ। ਆ ਕਈ ਵਾਰ ਹੁੰਦਾ ਨਾ ਜਦੋਂ ਅਸੀਂ ਮਾਂ ਛੋਟੇ ਛੋਟੇ ਬੱਚੇ ਨੂੰ ਬਾਲਕ ਨੂੰ ਪਹਿਨੋ ਉਹਦਾ ਸਿਰ ਵਾਹੁੰਦੀ ਹੈ, ਫਿਰ ਉੱਤੇ ਜੂੜਾ ਕਰਦੀ ਹੈ, ਦਸਤਾਰ ਸਜਾਉਂਦੀ ਹੈ, ਅਤੇ ਫਿਰ ਜਦੋਂ ਉਹ ਬੱਚਾ ਸਿਆਣਾ ਨੌਜਵਾਨ ਹੋ ਜਾਂਦਾ ਕਹਿੰਦਾ ਮੈਂ ਸਿਆਣਾ ਹੋ ਗਿਆ ਆਪਣੇ ਆਪ 'ਚ, ਅਤੇ ਜਦੋਂ ਸਿਆਣਾ ਹੋ ਕੇ ਨਾਈ ਦੀ ਦੁਕਾਨ 'ਤੇ ਜਾ ਕੇ ਸਿਰ ਕਟਾ ਕੇ ਆਉਂਦਾ, ਫਿਰ ਇੱਕ ਵਾਰੀ ਤਾਂ ਬਾਪੂ ਵੀ ਬੜਾ ਗੁੱਸੇ ਹੁੰਦਾ ਅਤੇ ਮਾਂ ਵੀ ਬੜੀ ਗੁੱਸੇ ਹੁੰਦੀ ਕਿ ਤੂੰ ਇਹ ਕੀ ਪਾਪ ਕੀਤਾ। ਆ ਨੌਜਵਾਨ ਵੀਰ ਇੱਥੇ ਬੈਠੇ ਸੁਣਦੇ ਹੋਣਗੇ, ਮਾਂ ਬਾਪ ਨੇ ਇੱਕ ਵਾਰੀ ਤਾਂ ਵਿਰੋਧ ਕੀਤਾ ਹੋਵੇਗਾ ਨਾ ਕਿ ਤੂੰ ਇਹ ਕੀ ਗੁਨਾਹ ਕੀਤਾ, ਤੇਰਾ ਧਰਮ ਤੈਨੂੰ ਇਹ ਇਜਾਜ਼ਤ ਨਹੀਂ ਦਿੰਦਾ, ਤੇਰਾ ਇਖਲਾਕ ਤੈਨੂੰ ਇਹ ਇਜਾਜ਼ਤ ਨਹੀਂ ਦਿੰਦਾ, ਤੂੰ ਕਿਸ ਪਾਸੇ ਤੁਰ ਪਿਆ। ਮਾਂ ਵੀ ਗੁੱਸੇ ਹੁੰਦੀ, ਪਿਓ ਵੀ ਗੁੱਸੇ ਹੁੰਦਾ, ਪਰ ਉਹ ਗੁੱਸਾ 5 ਦਿਨ 4 ਦਿਨ 10 ਦਿਨ ਰਹਿੰਦਾ ਹੈ, 10ਵੇਂ ਦਿਨ ਬਾਅਦ ਫਿਰ ਪਿਓ ਅਤੇ ਪੁੱਤ ਦਾ ਰਿਸ਼ਤਾ, ਉਹ ਮਮਤਾ ਜਿਹੜੀ ਹੈ ਇੱਕ ਦੂਜੇ ਦੇ ਗਲ ਲੱਗਦੀ ਹੈ ਨਾ। ਅਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਵੇਖੋ ਸਾਰੀ ਜ਼ਿੰਦਗੀ ਜਿਉਂਦੇ ਜੀ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਰਾਮ ਰਾਏ ਦਾ ਮੂੰਹ ਨਹੀਂ ਵੇਖਿਆ, ਕਿਉਂਕਿ ਉਹਨੇ ਗੁਨਾਹ ਬੜਾ ਵੱਡਾ ਕੀਤਾ ਸੀ। ਕਹਿੰਦੇ ਤੇਰੀ ਇਸ ਘਰ ਦੇ ਵਿੱਚ ਕੋਈ ਥਾਂ ਨਹੀਂ, ਤੇਰੀ ਗੁਰੂ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ, ਆਪਣੇ ਅੰਦਰ ਝਾਤ ਮਾਰ ਕੇ ਵੇਖੀ ਅਸੀਂ ਕਿੱਥੇ ਖੜੇ, ਕਿਤੇ ਅਸੀਂ ਕੋਈ ਗੁਨਾਹ ਤਾਂ ਨਹੀਂ ਕਰ ਰਹੇ, ਅਸੀਂ ਕਿਤੇ ਕੋਈ ਐਬ ਤਾਂ ਨਹੀਂ ਕੁਮਾ ਰਹੇ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੋਵੇ, ਮੇਰਾ ਸਿੱਖ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਾਲਾ, ਚਿਹਰੇ 'ਤੇ ਦਾੜਾ ਹੋਵੇ, ਸਿਰ 'ਤੇ ਦਸਤਾਰਾ ਹੋਵੇ, ਫਿਰ ਆ ਕੇ ਮੈਨੂੰ ਦਰਸ਼ਨ ਦੇਵੇ, ਅਤੇ ਫਿਰ ਮੈਂ ਉਹਨੂੰ ਕਹੂੰਗਾ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਉਹ ਕਰੋ ਨਿਵਾਸ, ਜੇ ਇਹ ਕੁਝ ਨਹੀਂ ਹੈਗਾ ਤਾਂ ਮੈਨੂੰ ਮੇਰਾ ਸਿੱਖ ਚੰਗਾ ਨਹੀਂ ਲੱਗਦਾ, ਬਿਨਾਂ ਸ਼ਸਤਰ ਕੇਸੰਗ ਦੇਹੋ ਨਾ ਦਿਦਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿਤਨਾਮਿਆਂ ਦੇ ਵਿੱਚ ਕਹਿੰਦੇ ਨੇ ਬਿਨਾਂ ਸ਼ਸਤਰਾਂ ਤੋਂ ਬਿਨਾਂ ਕੇਸਾਂ ਤੋਂ ਮੈਨੂੰ ਦੀਦਾਰ ਨਾ ਦਿਓ। ਗੁਰੂ ਹਰਿਰਾਏ ਸਾਹਿਬ ਜੀ ਨੇ ਪੁੱਤਰ ਦੀ ਗਲਤੀ ਨੂੰ ਮੰਨ ਕੇ ਵੀ ਇਹਨੇ ਗਲਤੀ ਕੀਤੀ ਹੈ, ਅਤੇ ਸਾਰੀ ਜ਼ਿੰਦਗੀ ਰਾਮ ਰਾਏ ਨੂੰ ਆਪਣੇ ਮੱਥੇ ਨਹੀਂ ਲਾਇਆ। ਗੁਰੂ ਹਰਿਰਾਏ ਸਾਹਿਬ ਜੀ ਨੇ ਇੱਕ ਬੜਾ ਵੱਡਾ ਸਿਧਾਂਤ ਹੈ ਗੁਰੂ ਘਰ ਦਾ, ਗੁਰਬਾਣੀ ਦੇ ਨਾਲ ਕੋਈ ਛੇੜਖਾਨੀ ਕਰੇ ਇਹ ਸਿੱਖ ਧਰਮ ਦੇ ਵਿੱਚ ਕਬੂਲ ਨਹੀਂ। ਗੁਰਬਾਣੀ ਨੂੰ ਆਪਣੇ ਤਰੀਕੇ ਦੇ ਅਨੁਸਾਰ ਜਿਹੜੀ ਤੁਕਾਂ ਦੇ ਨਾਲ ਕੋਈ ਛੇੜਖਾਨੀ ਕਰੇ ਇਹ ਗੁਰੂ ਘਰ ਦੇ ਵਿੱਚ ਕਬੂਲ ਨਹੀਂ। ਗੁਰਬਾਣੀ ਧੁਰ ਕੀ ਹੈ? ਅਕਾਲ ਪੁਰਖ ਦੀ ਹੈ, ਕੋਲ ਬੈਠ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਕੋਲੋਂ ਲਿਖਵਾਈ ਹੈ, ਕੋਲ ਬੈਠ ਕੇ ਭਾਈ ਗੁਰਦਾਸ ਜੀ ਨੇ ਨਿਰਣਾ ਕਰ ਕਰਕੇ ਲਿਖੀ ਹੈ। ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਜੀਵਨ ਦੀਆਂ ਇਹ ਦੋ ਬੜੀਆਂ ਵੱਡੀਆਂ ਜਿਹੜੀਆਂ ਘਟਨਾਵਾਂ, ਇੱਕ ਤਾਂ ਫੁੱਲ ਡਿੱਗ ਪਿਆ ਭੋਏ ਜ਼ਮੀਨ 'ਤੇ ਅਤੇ ਨਿਰਾਸ਼ ਹੋ ਗਿਆ ਕਿ ਮੈਂ ਜਿਹੜਾ ਜ਼ੁਲਮ ਕੀਤਾ ਹੈ ਇਹ ਫੁੱਲ ਦੀ ਸੁਗੰਧੀ ਨੂੰ ਮੈਂ ਬਰਬਾਦ ਕਰਕੇ ਰੱਖ ਦਿੱਤਾ, ਖਿੜਿਆ ਹੋਇਆ ਫੁੱਲ ਮੇਰੇ ਕਰਕੇ ਮੁਰਝਾ ਜਾਵੇਗਾ। ਬਸ ਇਹੋ ਵੱਡੀ ਸਿੱਖਿਆ ਹੈ ਗੁਰੂ ਪਿਆਰ ਵਾਲਿਓ ਕਿ ਜੀਵਨ ਦੇ ਵਿੱਚ ਰਹਿੰਦੇ ਹਾਂ ਕਦੀ ਕਿਸੇ ਦਾ ਦਿਲ ਨਾ ਦਿਖਾਓ, ਜ਼ਿੰਦਗੀ ਦੇ ਵਿੱਚ ਰਹਿੰਦੇ ਹਾਂ ਕਦੀ ਕਿਸੇ ਨਾਲ ਪਾਪ ਨਾ ਕਮਾਓ, ਜੀਵਨ ਦੇ ਵਿੱਚ ਰਹਿੰਦੇ ਹਾਂ ਪੁੰਨ ਕਮਾਈਏ, ਦਇਆ ਵਾਲਾ ਜੀਵਨ ਹੋਵੇ, ਧਰਮ ਵਾਲਾ ਹੋਵੇ, ਜਤ ਸਤ ਸੰਜਮ ਜਿਹੜਾ ਹੈ ਸਾਡੇ ਅੰਦਰ ਹੋਵੇ ਅਤੇ ਦਇਆ ਹੋਵੇਗੀ ਤਾਂ ਅਸੀਂ ਧਰਮੀ ਹੋ ਸਕਦੇ ਹਾਂ। ਦੂਜੀ ਬੇਨਤੀ, ਗੁਰੂ ਘਰ ਦੇ ਵਿੱਚ ਜੇਕਰ ਸਵਾਰੇ ਜਾਣਾ ਤਾਂ ਫਿਰ ਜੋ ਗੁਰੂ ਕਹਿੰਦਾ ਹੈ ਨਾ ਉਹਦੇ ਹੁਕਮ ਨੂੰ ਸੱਤ ਕਰਕੇ ਕਬੂਲ ਕਰ ਲਈਏ, ਉਹਦੇ ਹੁਕਮ ਨੂੰ
ਸਤ ਕਰਕੇ ਕਬੂਲ ਕਰ ਲਓ। ਅਸੀਂ ਕਬੂਲ ਨਹੀਂ ਕਰਦੇ, ਸੁਣ ਵੀ ਲੈਂਦੇ ਹਾਂ, ਅਸੀਂ ਕਥਾ ਵਿਚਾਰ ਕਰ ਲੈਂਦੇ ਹਾਂ, ਆਪ ਸੰਗਤ ਸੁਣ ਲੈਂਦੇ ਹੋ, ਪਰ ਬੇਨਤੀ ਹੈ ਕਿ ਗੁਰੂ ਘਰ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਹਮ ਅਵਗੁਣ ਭਰੇ, ਏਕ ਗੁਣ ਨਾਹੀਂ ਅੰਮ੍ਰਿਤ ਛਾੜ, ਬਿਖੈ ਬਿਖਾਈ ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਧੰਨ ਗੁਰੂ ਹਰਿ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਭਗਤੀ ਸ਼ਕਤੀ ਅਤੇ ਕੋਮਲਤਾ ਦੇ ਸੁਮੇਲ, ਗੁਰੂ ਹਰਿ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਬਾਦ ਹੈ। ਦੂਜੀ ਮੈਂ ਬੇਨਤੀ ਕਰਾਂ, ਬਸ ਮੇਰਾ ਸਮਾਂ ਹੋ ਗਿਆ, ਮੈਂ ਸਮਾਪਤੀ ਕਰ ਦੇਣੀ। ਆਪ ਜੀ ਵਿਦੇਸ਼ਾਂ ਦੇ ਵਿੱਚ ਬੈਠੇ ਹੋ, ਮੇਰੇ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਕੁੱਕਰ ਹੋਣ ਨਾਤੇ ਮੈਂ ਬੇਨਤੀ ਕਰ ਰਿਹਾ ਕਿ ਜਿੱਥੇ ਵੀ ਕਿਤੇ ਮੈਨੂੰ ਇਹਦਾ ਮੌਕਾ ਮਿਲੇ ਕਿ ਆਪ ਜੀ ਵਿਦੇਸ਼ਾਂ ਦੇ ਵਿੱਚ ਬੈਠੇ ਹੋ, ਕੋਸ਼ਿਸ਼ ਕਰੋ ਵਿਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਪਿਛੋਕੜ ਨੂੰ ਕਦੇ ਨਾ ਭੁੱਲਿਓ। ਉੱਥੇ ਜ਼ਮੀਨ ਜਾਇਦਾਦ ਕੋਈ ਟੁਕੜਾ ਆਪਣਾ ਸਾਂਭ ਕੇ ਰੱਖਿਓ, ਭਲਕੇ ਬੱਚੇ ਉੱਥੇ ਜਾ ਕੇ ਆਪਣੀ ਜ਼ਮੀਨ ਨਾਲ ਜੁੜ ਜਾਣ, ਉਹਨਾਂ ਨੂੰ ਯਾਦ ਹੋਵੇ ਕਿ ਅਸੀਂ ਉੱਥੋਂ ਉੱਠ ਕੇ ਗਏ ਹਾਂ। ਅਤੇ ਜੇ ਸਭ ਕੁਝ ਉੱਥੋਂ ਹੀ ਵੇਚ ਵੱਟ ਕੇ ਇੱਥੇ ਆ ਗਏ ਤਾਂ ਮੁੜ ਕੇ ਭਲਕੇ ਉੱਥੇ ਕਿੰਨੇ ਜਾਣਾ ਹੈ, ਬੱਚਿਆਂ ਨੇ ਕਿੱਥੇ ਮੂੰਹ ਕਰਨਾ ਹੈ, ਬੱਚੇ ਤਾਂ ਨਹੀਂ ਮੂੰਹ ਕਰਦੇ, ਹੁਣ ਵੀ ਨਹੀਂ ਕਰਦੇ, ਜਿਹੜੇ ਇੱਥੋਂ ਦੇ ਜੰਮਪਲ ਨੇ ਉਹਨਾਂ ਨੇ ਜਦੋਂ ਪੰਜਾਬ ਵੇਖਿਆ ਹੀ ਨਹੀਂ, ਵਿਖਾਇਆ ਹੀ ਨਹੀਂ ਆਪਣਾ ਘਰ, ਜਿਹਨਾਂ ਗਲੀਆਂ ਦੇ ਵਿੱਚ ਖੇਡਿਆ ਹੈ ਬਾਪ, ਜਿਹਨਾਂ ਗਲੀਆਂ ਦੇ ਵਿੱਚ ਹੱਸਦਾ ਖੇਡਦਾ ਰਿਹਾ ਹੈ ਬਾਪ, ਜਿਸ ਪਿੰਡ ਦੀਆਂ ਉਹਨਾਂ ਸਦਰਾਂ ਨੂੰ ਮਾਣਿਆ ਬਾਪ ਨੇ, ਅਤੇ ਜਦੋਂ ਪੁੱਤਰ ਨੇ ਉਹਨਾਂ ਸਦਰਾਂ ਨੂੰ ਫੀਲ ਹੀ ਨਹੀਂ ਜਾ ਕੇ ਕੀਤਾ ਤਾਂ ਪੁੱਤ ਕਿਵੇਂ ਫਿਰ ਪਿੰਡ ਵੇਖ ਲਵੇਗਾ, ਕਿਵੇਂ ਉੱਥੇ ਜਾ ਕੇ ਰਹਿ ਲਵੇਗਾ। ਇਹ ਬੜਾ ਜ਼ਰੂਰੀ ਹੋ ਗਿਆ ਜੇ ਅੱਜ ਸਾਡੀ ਸਿਸਟਮ ਪਤਾ ਕਿਹੋ ਜਿਹਾ ਹੋ ਗਿਆ ਹੈ। ਅੱਗੇ ਲੋਕ ਬਾਹਰ ਆਉਂਦੇ ਸੀ ਵਿਦੇਸ਼ਾਂ 'ਚ ਅਤੇ ਕਮਾਈ ਕਰਕੇ ਇਨਵੈਸਟਮੈਂਟ ਪੰਜਾਬ ਕਰਦੇ ਸੀ, ਹੁਣ ਸਿਸਟਮ ਇੱਦਾਂ ਦਾ ਚੱਲ ਗਿਆ ਜਿਹੜੇ 10 ਕਿੱਲੇ ਉੱਥੇ ਹੁੰਦੇ ਉਹ ਵੀ ਵੇਚ ਕੇ ਬੰਦਾ ਬਾਹਰ ਆ ਕੇ ਇੱਕ ਟਰਾਲੀ ਜਿਹੜੀ ਉਹ ਘਰ ਦੀ ਲੱਕੜਾਂ ਦੀ ਖਰੀਦ ਲੈਂਦਾ ਕੈਨੇਡਾ ਅਮੈਰੀਕਾ ਦੇ ਵਿੱਚ, ਅਤੇ ਸਾਰੀ ਜ਼ਿੰਦਗੀ ਉਹ ਟਰਾਲੀ ਜਿਹੜੀ ਹੈ ਉਹ ਵਾਪਸ ਘਰ ਨਹੀਂ ਜਾਣ ਦਿੰਦੇ। ਕਹਿਣ ਤੋਂ ਭਾਵ ਇਹ ਹੈ ਕਿ ਜੇ ਉੱਥੇ ਕੁਝ ਹੋਵੇਗਾ ਤਾਂ ਫਿਰ ਹੀ ਜੁੜਾਂਗੇ ਨਾ, ਜੇ ਉੱਥੇ ਜੁੜਨ ਵਾਲਾ ਕੋਈ ਤੁਹਾਡੇ ਕੋਲ ਢੰਗ ਹੀ ਨਹੀਂ ਹੈਗਾ ਤਾਂ ਉੱਥੇ ਜਾਓਗੇ ਕੀ ਲੈਣ ਫਿਰ ਮੁੜ ਕੇ। ਬੰਦਾ ਕਹਿ ਦਿੰਦਾ ਕਿ ਹੁਣ ਮੇਰਾ ਕਿਹੜਾ ਉੱਥੇ ਕੋਈ ਹੈਗਾ, ਰਿਸ਼ਤੇਦਾਰ ਵੀ ਸਾਰੇ ਇੱਥੇ ਨੇ, ਮੇਰੀ ਕਿਹੜੀ ਕੋਈ ਜ਼ਮੀਨ ਜ਼ਿਆਦਾ, ਮੈਂ ਉੱਥੇ ਜਾ ਕੇ ਕੀ ਕਰਨਾ, ਸਾਡੀ ਮਿੱਟੀ ਹੋਵੇਗੀ ਨਾ ਅਤੇ ਅਸੀਂ ਉੱਥੇ ਪਹੁੰਚ ਕਰ ਸਕਦੇ ਹਾਂ, ਇੱਕ ਵਾਰ ਫਿਰ ਮੁੜ ਸਕਦੇ ਹਾਂ, ਆਪਣੇ ਬੱਚਿਆਂ ਨੂੰ ਵਿਖਾ ਸਕਦੇ ਹਾਂ, ਅਤੇ ਬੜਾ ਜ਼ਰੂਰੀ ਹੈ ਜੇ ਸੱਭਿਆਚਾਰ ਨੂੰ ਆਪਣੇ ਨੂੰ ਕਾਇਮ ਰੱਖਣਾ, ਜੇ ਆਪਣੇ ਫਲਸਫੇ ਨੂੰ ਕਾਇਮ ਰੱਖਣਾ, ਆਪਣੇ ਸਿਧਾਂਤ ਨੂੰ ਗੁਰੂ ਘਰ ਦੇ ਆਸ਼ੇ ਨੂੰ ਮੌਜੂਦ ਰੱਖਣਾ ਹੈ, ਆਪਣੇ ਬੱਚਿਆਂ ਦੇ ਰੂਪ ਦੇ ਵਿੱਚ ਆਪਣੇ ਬੱਚਿਆਂ ਦੀ ਪੀੜ੍ਹੀ ਨੂੰ ਜੋੜ ਕੇ ਰੱਖਣਾ ਹੈ, ਤਾਂ ਫਿਰ ਇੱਕ ਵਾਰ ਪੰਜਾਬ ਦਾ ਚਿਹਰਾ, ਪੰਜਾਬ ਦਾ ਮੂੰਹ ਆਪਣੇ ਬੱਚਿਆਂ ਨੂੰ ਵਿਖਾਉਣਾ ਪਵੇਗਾ। ਉੱਥੇ ਜਾ ਕੇ ਆਪਣੇ ਗੁਰ ਇਤਿਹਾਸਾਂ ਤੋਂ ਜਾਣਕਾਰੀ ਬੱਚਿਆਂ ਨੂੰ ਜਿਹੜੀ ਹੈ ਪ੍ਰਤੱਖ ਵੇਖ ਕੇ ਜਿਹੜੀ ਹੈ ਬੱਚਿਆਂ ਦੇ ਸਾਹਮਣੇ ਰੱਖਣੀ ਪਵੇਗੀ। ਫਿਰ ਵਾਹਿਗੁਰੂ ਕਿਰਪਾ ਰਹਿਮਤ ਕਰੇ, ਸਾਡਾ ਧਰਮ ਸਾਡਾ ਇਤਿਹਾਸ ਇਹ ਪ੍ਰਫੁੱਲਤ ਹੈ, ਪ੍ਰਫੁੱਲਤ ਸੀ ਅਤੇ ਪ੍ਰਫੁੱਲਤ ਰਹੇਗਾ। ਬਸ ਥੋੜ੍ਹੇ ਜਿਹੇ ਸਾਵਧਾਨ ਹੋ ਕੇ ਚੱਲੀਏ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਪ੍ਰਭ ਸਿੰਘ ਜੀ ਭਰੋਵਾਲ ਦਾ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਕਥਾ ਵਿਚਾਰਾਂ ਗੁਰੂ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਹੈ। ਹੁਣ ਭਾਈ ਕੁਲਦੀਪ ਸਿੰਘ ਜੀ ਦਾ ਕੀਰਤਨ ਜਥਾ 11 ਵਜੇ ਤੱਕ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।